ਸਾਹਿਬ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ। ਜਿਵੇਂ ਕਿ ਚੋਣਾਵੀ ਮਾਹੌਲ ਗਰਮਾਇਆ ਹੋਇਆ ਹੈ, ਖਾਸ ਕਰਕੇ ਸ਼ਹਿਰ ਦੇ ਵਿੱਚ ਜਿੱਥੇ 23 ਵਾਰਡ ਹਨ, ਪਰ 23 ਵਾਰਡਾਂ ਦੇ ਵਿੱਚੋਂ 7 ਨੰਬਰ ਦੇ ਵਿੱਚ ਇਹ ਜ਼ਿਆਦਾ ਮਾਮਲਾ ਗਰਮਾਇਆ ਹੋਇਆ ਇਲੈਕਸ਼ਨ ਦਾ, ਅਤੇ ਇੱਥੇ ਚੱਲ ਰਹੀਆਂ ਨੇ ਚੜਾਈਆਂ ਮਨੀਸ਼ ਰਾਣੀ ਰਾਣਾ ਦੀਆਂ। ਜਿਹੜੇ ਪਾਸੇ ਵੀ ਜਾਓ, ਜਿਸ ਦਿਨ ਵੀ ਜਾਓ, ਤਾਂ ਦਿਖਦਾ ਹੈ ਕਿ ਮਨੀਸ਼ ਰਾਣੀ ਦਾ ਪ੍ਰਚਾਰ ਡੋਰ ਟੂ ਡੋਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ। ਜੋ ਇੱਥੋਂ ਦੇ ਵੋਟਰਾਂ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀਆਂ ਗਲੀਆਂ ਅਤੇ ਨਾਲੀਆਂ ਪੱਕੀਆਂ ਕਰਵਾਈਆਂ ਜਾਣਗੀਆਂ, ਕਿਉਂਕਿ ਇਹ ਜੋ ਕਲੋਨੀਆਂ ਹਨ, ਇਹ ਕਲੋਨੀਆਂ ਆਮ ਤੌਰ 'ਤੇ ਨਵੀਆਂ ਡਿਵੈਲਪ ਹੋਈਆਂ ਕਲੋਨੀਆਂ ਹਨ। ਇੱਥੇ ਜਿਹੜੀਆਂ ਮੁੱਖ ਸੁਵਿਧਾ ਨੇ, ਜ਼ਰੂਰਤ ਦੀਆਂ ਚੀਜ਼ਾਂ ਨੇ, ਜਿਵੇਂ ਨਾਲੀਆਂ, ਗਲੀਆਂ, ਲਾਈਟਾਂ, ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। ਲੰਬੇ ਸਮੇਂ ਤੋਂ ਇਹ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਕਦ ਇਲੈਕਸ਼ਨ ਆਉਣ 'ਤੇ ਸਾਨੂੰ ਕੋਈ ਵਧੀਆ ਕੈਂਡੀਡੇਟ ਮਿਲੇ ਅਤੇ ਅਸੀਂ ਆਪਣੇ ਮੰਗਾਂ ਰੱਖ ਸਕੀਏ। ਸੋ ਅੱਜ ਦਿਖਾਉਂਦੇ ਹਾਂ ਤੁਹਾਨੂੰ, ਵਾਰਡ ਨੰਬਰ 7 ਦੇ ਰਾਮਦਾਸ ਨਗਰ 'ਚ ਅਸੀਂ ਆਏ ਹਾਂ ਅਤੇ ਕਰਵਾਉਂਦੇ ਹਾਂ ਉਹਨਾਂ ਵੋਟਰਾਂ ਨਾਲ ਗੱਲ ਅਤੇ ਦਿਖਾਉਂਦੇ ਹਾਂ ਕਿ ਕੀ ਉਹਨਾਂ ਦੀਆਂ ਮੰਗਾਂ ਨੇ ਅਤੇ ਕੀ ਉਹਨਾਂ ਨੇ, ਜੋ ਕੈਂਡੀਡੇਟ ਪਹੁੰਚੇ ਨੇ ਇੱਥੇ ਮਨੀਸ਼ ਕਿਸਾਨੀ ਜੀ, ਉਹਨਾਂ ਨੇ ਕੀ ਉਹਨਾਂ ਨੂੰ ਵਿਸ਼ਵਾਸ ਦਿਲਵਾਇਆ ਅਤੇ ਲੋਕ ਕਿੰਨਾ ਕੁ ਵਿਸ਼ਵਾਸ ਕਰਦੇ ਨੇ। ਜਸਵੀਰ ਕੌਰ ਜੀ, ਇਹ ਕਿਹੜਾ ਮੁੱਲ ਹੈ ਜੀ? ਇਹ ਰਾਮਦਾਸ ਨਗਰ ਹੈ ਜੀ। ਰਾਮਦਾਸ ਨਗਰ ਹੈ ਅਤੇ ਤੁਸੀਂ 7 ਨੰਬਰ ਵਾਰਡ ਜਾਂਦੇ ਹੋ ਰਾਮਦਾਸ ਨਗਰ? ਹਾਂਜੀ ਹਾਂਜੀ। ਅਤੇ ਤੁਹਾਡੇ ਇੱਥੇ ਵੋਟਾਂ ਦਾ ਕੀ ਚੱਲ ਰਿਹਾ? ਵੋਟਾਂ ਦਾ ਬਸ ਦੀਦੀ ਨੂੰ ਪਾਉਣੀਆਂ ਨੇ ਹੁਣ ਵੋਟਾਂ ਦਾ। ਹਾਂਜੀ, ਕਾਂਗਰਸ ਪਾਰਟੀ ਨੂੰ, ਮਨੀਸ਼ਾ ਰਾਣੀ ਨੂੰ। ਠੀਕ ਹੈ, ਹਾਂਜੀ, ਮੇਰਾ ਨਾਮ ਕਰਨਜੀਤ ਕੌਰ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਮਨੀਸ਼ ਰਾਣੀ ਨੂੰ ਹੀ ਵੋਟਾਂ ਪਾਵਾਂ, ਜੋ ਸਾਡੇ ਇੱਥੇ ਦਾ ਜੋ ਕੰਮ ਹੈ ਉਹ ਇਹ ਕਰ ਸਕਣ, ਅਤੇ ਸਾਨੂੰ ਇਹਨਾਂ 'ਤੇ ਪੂਰੀ ਉਮੀਦ ਹੈ। ਇਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ? ਇਹਨਾਂ ਨੇ ਸਾਨੂੰ ਵਿਸ਼ਵਾਸ ਜੀ ਇਹਨਾਂ ਦਾ ਪਿਆਰ ਔਰ ਆਦਰ ਪੰਨਾ ਵੀ ਕਿ ਇੱਥੇ ਦਾ ਸਾਰਾ ਕੰਮ ਇਹ ਕਰਨਗੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਆਪਣਾ ਕਿਹੜਾ ਮੁੱਲਾ ਜੀ? ਇਹ ਆਪਣਾ ਸਾਹਿਬ ਮਹੱਲਾ ਜੀ, ਸਾਹਿਬ ਕਲੋਨੀ। ਸਾਹਿਬ ਕਲੋਨੀ, ਹਾਂਜੀ। ਅਤੇ ਤੁਹਾਡਾ ਸ਼ੁਭ ਨਾਮ ਜੀ? ਮਨਦੀਪ ਸਿੰਘ। ਮਨਦੀਪ ਸਿੰਘ ਜੀ, ਤੁਹਾਨੂੰ ਇੱਥੇ ਮਕਾਨ ਬਣਾਏ ਨੂੰ ਕਿੰਨਾ ਕੁ ਟਾਈਮ ਹੋ ਗਿਆ? ਸਾਨੂੰ ਮਕਾਨ ਬਣਾਏ ਨੂੰ 2 ਸਾਲ ਹੋ ਗਏ ਜੀ। 2 ਸਾਲ ਹੋ ਗਏ। ਰੈਸ਼ ਕਰੀ ਨੂੰ ਅਤੇ ਤੁਹਾਡੀਆਂ ਗਲੀਆਂ ਕੱਚੀਆਂ ਪਈਆਂ ਨੇ, ਤੁਹਾਡੇ ਕੋਈ ਲਾਈਟ ਖੰਭੇ ਤੇ ਕੋਈ ਲਾਈਟ ਨਹੀਂ ਹੈਗੀ? ਨਹੀਂ, ਕੁਛ ਨਹੀਂ ਹੈ ਜੀ ਹਾਲੇ। ਅਤੇ ਕੋਈ ਡਿਵੈਲਪਮੈਂਟ ਨਹੀਂ ਹੋਈ, ਤੁਸੀਂ ਕਮੇਟੀ ਗਏ ਨਹੀਂ ਹੈਗੇ? ਨਹੀਂ, ਕਮੇਟੀ ਮੈਂ ਵੀ ਹੁਣੀ ਆਇਆ ਜੀ, ਆਹ ਥੋੜ੍ਹੀ ਟਾਈਮ ਹੋਇਆ ਇਹਨੂੰ ਕਮੇਟੀ ਹੁਣੇ। ਹਾਂਜੀ ਹਾਂਜੀ ਹਾਂ। ਉਸ ਤੋਂ ਬਾਅਦ ਤੁਹਾਡੀ ਕਿਸੇ ਐਮਸੀ ਨਾਲ ਜਾਂ ਕੋਈ ਕਮੇਟੀ ਦਫ਼ਤਰ ਕੋਈ ਗੱਲਬਾਤ? ਕਿਸੇ ਗੱਲ ਨਹੀਂ ਹੋਈ ਜੀ, ਬਸ ਵੀਰ ਜੀ ਕਰੇ ਇਹਨਾਂ ਗੱਲ ਹੋਈ ਆ ਹੁਣ। ਅੱਜ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਆਏ? ਹਾਂਜੀ ਹਾਂ, ਜ਼ਰੂਰ। ਇਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ? ਮੈਂ ਇਹਨਾਂ ਗੱਲ ਇਹੀ ਹੋਈ ਆ, ਆਪਣਾ ਇੱਕ ਤਾਂ ਵੀ ਆਪਣਾ ਲਾਈਟਾਂ ਵਗੈਰਾ, ਇੱਕ ਸੀਵਰੇਜ ਵਗੈਰਾ ਰਹਿੰਦਾ ਆਪਣਾ। ਸੀਵਰੇਜ ਵੀ ਨਹੀਂ ਪਿਆ? ਹਾਂ, ਸੀਵਰੇਜ ਨਹੀਂ ਪਿਆ, ਵਾਟਰ ਵਾਲੀ ਤਾਂ ਪੈ ਗਈ ਸੀ ਪਾਈਪਲਾਈਨ। ਅੱਛਾ ਜੀ। ਵੀ ਸੀਵਰੇਜ ਹੋ ਜਾਵੇ। ਹਾਂਜੀ, ਇਹ ਆਪਣਾ ਲਾਈਟਾਂ ਹਰੇ ਗਲੀ ਦਾ ਕੰਮ ਇਹਦੇ ਕਰਕੇ ਮੈਂ। ਫਿਰ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ, ਕੀ ਕਿਹਾ? ਆਸ਼ਵਾਸਨ ਨਹੀਂ ਇਹਨਾਂ ਨੇ ਦਿਆ ਵੀ ਆਪਣਾ ਮਦਦ ਕਰਾਂਗੇ, ਅਸੀਂ ਵੀ ਬਣਾਵਾਂਗੇ। ਤੁਹਾਡੀ 7 ਨੰਬਰ ਵਾਰਡ ਪੈਂਦੀ ਹੈ? 7 ਨੰਬਰ ਜੀ, 7 ਪੈਂਦੀ ਹੈ ਤੁਹਾਡੀ। ਹਾਂਜੀ ਹਾਂਜੀ। ਤੁਹਾਡੇ ਇੱਥੇ ਹੁਣ ਤੱਕ ਕਿਹੜੇ ਕਿਹੜੇ ਕੈਂਡੀਡੇਟ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਆਏ ਨੇ? ਹਲੀ ਦੇ ਘੜੀ ਕੋਈ ਨਹੀਂ ਆਇਆ ਜੀ। ਕੋਈ ਵੀ ਨਹੀਂ ਆਇਆ? ਪਹਿਲੇ ਕੈਂਡੀਡੇਟ ਨੇ? ਪਹਿਲੇ ਹੀ ਆ ਜੀ। ਇਹ ਪਹਿਲਾਂ ਵੀ ਆਏ ਨੇ ਤੁਹਾਡੇ ਕੋਲ? ਇਹ ਪਹਿਲਾਂ ਵੀ ਆ ਗਏ? ਪਹਿਲਾਂ ਵੀ ਆ ਕੇ? ਹਾਂਜੀ ਹਾਂਜੀ ਹਾਂਜੀ। ਤੇ ਉਦੋਂ ਵੀ ਤੁਹਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਵੋਟਾਂ ਦਿਓ ਜੀ, ਆਪਣਾ ਸਾਰਾ ਇਹ ਕਰਾਂਗੇ, ਤੁਹਾਡੀ ਲਾਈਟਾਂ ਵਗੈਰਾ। ਕੀ ਹੈ ਪਤਾ ਤੁਹਾਨੂੰ? ਚੋਣ ਨਿਸ਼ਾਨ, ਹੱਥ ਪੰਜਾ ਜੀ, ਹੱਥ ਪੰਜਾ। ਤੇ ਤੁਸੀਂ ਇਹਨਾਂ ਦੇ ਨਾਲ ਸਹਿਮਤ ਹੋ, ਇਹਨਾਂ ਦੇ ਵਿਸ਼ਵਾਸ? ਹਾਂਜੀ ਹਾਂਜੀ, ਆਪਾਂ ਨੂੰ ਤਾਂ ਸਹੂਲਤ ਹੋਣੀ ਚਾਹੀਦੀ ਹੈ ਨਾ, ਗੱਲ ਸਹਿਮਤ ਆ ਜੀ ਆਪਾਂ ਦਾ। ਸਾਨੂੰ ਤਾਂ ਆਪਣਾ ਸਾਰੇ ਆਣਗੇ ਤੁਹਾਡੇ ਕੋਲ, ਹੋਰ ਵੀ ਕੈਂਡੀਡੇਟ ਆਣਗੇ? ਆਣਾ ਤਾਂ ਸਭ ਨੇ ਆ ਜੀ, ਸਾਰੇ ਆਨੇ ਆ। ਹਾਂਜੀ ਹਾਂ, ਜ਼ਰੂਰ ਆਪਾਂ ਮਦਦ ਕਰਾਂਗੇ ਜੀ ਇਹਨਾਂ ਦੀ।